एमडी जॉब अलर्ट्स ਦੇ ਵਿੱਚ ਤੁਹਾਡਾ ਸਵਾਗਤ ਹੈ। ਅੱਜ ਉਹਨਾਂ ਸਮੀਆਂ ਸੰਬੰਧੀ ਨੋਟੀਫਿਕੇਸ਼ਨ ਲੈ ਕੇ ਹਾਜ਼ਰ ਹੋਇਆ ਹਾਂ ਜਿਨ੍ਹਾਂ ਨੂੰ ਪ੍ਰਕਾਸ਼ ਤੋਂ ਦੀ ਮਿਤੀ ਜਿਹੜੀ ਸੀ 23/10/2021 ਸੀ, ਪਰ ਸਾਡਾ ਮਕਸਦ ਇਹ ਹੈ ਕਿ ਕੋਈ ਵੀ ਉਮੀਦਵਾਰ ਕਿਸੇ ਵੀ ਪੋਸਟ ਲਈ ਵਾਂਝਾ ਨਾ ਰਹੇ ਭਰਨ ਤੋਂ। ਇਸ ਲਈ ਅਸੀਂ ਦੁਬਾਰਾ ਫਿਰ ਇਹਨਾਂ ਪੋਸਟਾਂ ਸੰਬੰਧੀ ਨੋਟੀਫਿਕੇਸ਼ਨ ਲੈ ਕੇ ਹਾਜ਼ਰ ਹੋਏ ਹਾਂ, ਕਿਉਂਕਿ ਇਹਨਾਂ ਪੋਸਟਾਂ ਨੂੰ ਭਰਨ ਦੀ ਜੋ ਆਖਰੀ ਮਿਤੀ ਹੈ ਉਹ 15/11/2021 ਹੈ ਸ਼ਾਮ 5 ਵਜੇ ਤੱਕ, ਅਤੇ ਫੀਸ ਭਰਨ ਦੀ ਜੋ ਆਖਰੀ ਮਿਤੀ ਹੈ 18/11/2021 ਹੈ। ਇਸ ਕਰਕੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਰੱਖੋ ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਅਸਾਮੀ ਸੰਬੰਧੀ ਜਾਣਕਾਰੀ ਜਾਂ ਕੋਈ ਵੀ ਐਗਜ਼ਾਮ ਸੰਬੰਧੀ ਜਾਣਕਾਰੀ ਜਾਂ ਮਹੱਤਵਪੂਰਨ ਜੋ ਅਪਡੇਟ ਹੁੰਦਾ ਹੈ ਪੋਸਟਾਂ ਸੰਬੰਧੀ ਉਹ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਆਓ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ। ਜੋ ਅੱਜ ਦੀਆਂ ਜੋ ਪੋਸਟਾਂ ਨੇ ਉਹ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਨਿਕਲ ਕੇ ਸਾਹਮਣੇ ਆਈਆਂ ਸੀ 23/10/2021 ਨੂੰ, ਪਰ ਹੁਣ ਜੋ ਇਹ ਪੋਸਟਾਂ ਦੀ ਜੋ ਆਖਰੀ ਮਿਤੀ ਹੈ ਤੁਹਾਨੂੰ ਪਤਾ ਹੀ ਹੈ 15/11/2021 ਸ਼ਾਮ 5 ਵਜੇ ਤੱਕ ਹੈ। ਕਿਹੜੀਆਂ ਸਨ ਇਹ ਪੋਸਟਾਂ? ਇਹ ਪੋਸਟਾਂ ਕਲਰਕ ਅਕਾਊਂਟਸ 203 ਅਸਾਮੀਆਂ ਸੀ ਕਲਰਕ ਅਕਾਊਂਟਸ ਦੀਆਂ। ਜੋ ਯੋਗ ਉਮੀਦਵਾਰ ਨੇ ਉਹ ਇਹਨਾਂ ਦੀ ਆਫਿਸ਼ੀਅਲ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਔਨਲਾਈਨ 15/11/2021 ਸ਼ਾਮ 5 ਵਜੇ ਤੱਕ। ਹੁਣ ਤੁਹਾਨੂੰ ਇਹਨਾਂ ਪੋਸਟਾਂ ਦੀ ਕੰਪਲੀਟ ਜਾਣਕਾਰੀ ਦੇਵਾਂਗਾ, ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ। ਇੱਕ ਕੈਟੇਗਰੀ ਵਾਈਜ਼ ਡਿਵਾਈਡ ਕੀਤੀਆਂ ਹੋਈਆਂ ਅਸਾਮੀਆਂ ਨੇ ਜੋ ਕਲਰਕ ਅਕਾਊਂਟਸ ਦੀਆਂ ਨੇਗੀਆਂ, ਤੁਸੀਂ ਚੈੱਕ ਕਰ ਸਕਦੇ ਹੋ ਇਹਨਾਂ ਨੂੰ। ਇਸਦਾ ਜੋ ਲਿੰਕ ਹੈ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦੇਵਾਂਗਾ। ਉਸ ਤੋਂ ਬਾਅਦ ਕੈਟੇਗਰੀ ਕੋਡ ਦਿੱਤਾ ਹੋਇਆ ਇਹਨਾਂ ਅਸਾਮੀਆਂ ਦੇ ਲਈ। ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਜੋ ਇਹਨਾਂ ਦੇ ਲਈ ਤਨਖਾਹ ਸਕੇਲ ਹੋਵੇਗਾ ਉਹ 19,900 ਰੁਪਏ 7th ਸੈਂਟਰਲ ਪੇ ਕਮਿਸ਼ਨ ਦੇ ਤਹਿਤ ਹੋਵੇਗਾ। ਜੋ ਇਹਦੇ ਵਿੱਚ ਵਿੱਦਿਅਕ ਯੋਗਤਾ ਐਜੂਕੇਸ਼ਨ ਕੁਆਲੀਫਿਕੇਸ਼ਨ ਹੈ ਉਹ ਤੁਹਾਡੀ ਬੀ ਕੌਮ ਕੀਤੀ ਹੋਣੀ ਜ਼ਰੂਰੀ ਹੈ ਜਾਂ ਇਸਦੇ ਇਕੁਵਲੈਂਟ ਕੋਈ ਵੀ ਹਾਇਰ ਐਜੂਕੇਸ਼ਨ ਕੁਆਲੀਫਿਕੇਸ਼ਨ ਤੁਹਾਡੀ ਹੋਣੀ ਜ਼ਰੂਰੀ ਹੈ ਅਗਰ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ। ਅਤੇ ਤੁਹਾਡੇ ਕੋਲ ਕੰਪਿਊਟਰ ਦਾ 120 ਘੰਟਿਆਂ ਦਾ ਕੋਰਸ ਕੀਤਾ ਹੋਣਾ ਲਾਜ਼ਮੀ ਹੈ ਅਤੇ ਕੰਪਿਊਟਰ ਦੀ ਤੁਸੀਂ ਨੌਲੇਜ ਰੱਖਦੇ ਹੋਵੋ ਅਤੇ ਤੁਹਾਨੂੰ ਪੰਜਾਬੀ ਦਾ ਇੱਕ ਟੈਸਟ ਟਾਈਪਿੰਗ ਟੈਸਟ ਅਤੇ ਇੰਗਲਿਸ਼ ਦਾ ਟਾਈਪਿੰਗ ਟੈਸਟ ਪਾਸ ਕਰਨਾ ਜ਼ਰੂਰੀ ਹੋਵੇਗਾ। ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਤੋਂ ਬਾਅਦ ਤੁਹਾਡਾ ਇੱਕ ਟੈਸਟ ਹੋਵੇਗਾ ਜਿਸ ਨੂੰ ਕੁਆਲੀਫਾਈ ਕਰਨਾ ਜ਼ਰੂਰੀ ਹੋਵੇਗਾ। ਉਸ ਤੋਂ ਬਾਅਦ ਤੁਹਾਡੀ 10th ਦੇ ਵਿੱਚ ਪੰਜਾਬੀ ਪਾਸ ਕੀਤੀ ਹੋਣੀ ਲਾਜ਼ਮੀ ਹੈ। ਇਸ ਦੇ ਲਈ ਜੋ ਉਮਰ ਸੀਮਾ ਹੈ ਉਹ 18-37 ਸਾਲ ਦੀ ਹੈ ਅਤੇ ਏਜ ਰਿਲੈਕਸੇਸ਼ਨ ਗੌਰਮੈਂਟ ਰੂਲਸ ਦੇ ਅਕੋਰਡਿੰਗ ਦਿੱਤੀ ਜਾਵੇਗੀ। ਜੋ ਇਸ ਦੀ ਫੀਸ ਹੈ ਜਨਰਲ ਅਤੇ ਸੁਤੰਤਰਤਾ ਸੰਗਰਾਮੀ ਜਾਂ ਖਿਡਾਰੀ ਦੇ ਲਈ 1,000 ਰੁਪਏ ਇਹਦੀ ਫੀਸ ਹੈ ਅਤੇ ਜੋ SC BC ਕੈਟੇਗਰੀ ਨਾਲ ਸੰਬੰਧ ਰੱਖਦੇ ਹਨ ਜਾਂ EWS ਨਾਲ ਸੰਬੰਧ ਰੱਖਦੇ ਹਨ ਉਹ 250 ਰੁਪਏ ਫੀਸ ਹੈ। ਸਾਬਕਾ ਫੌਜੀ ਦੇ ਆਸ਼ਰਿਤ ਦੇ ਲਈ ਇਹਨਾਂ ਦੀ 200 ਰੁਪਏ ਫੀਸ ਹੈ ਅਤੇ ਹੈਂਡੀਕੈਪ ਦੇ ਲਈ 500 ਰੁਪਏ ਫੀਸ ਹੈ। ਚੋਣ ਪ੍ਰਕਿਰਿਆ ਕਿਵੇਂ ਹੋਵੇਗੀ? ਇਸਦਾ MCQ ਟਾਈਪ ਜੋ ਕੁਐਸਚਨ ਆਉਣਗੇ ਤੁਹਾਨੂੰ ਓਬਜੈਕਟਿਵ ਟਾਈਪ ਟੈਸਟ ਲਿਆ ਜਾਵੇਗਾ। ਉਸ ਤੋਂ ਬਾਅਦ 40% ਅੰਕ ਪ੍ਰਾਪਤ ਕਰਨ ਵਾਲੇ ਜਾਂ ਉਸ ਤੋਂ ਬਾਅਦ ਵੱਧ ਵਾਲੇ ਉਮੀਦਵਾਰਾਂ ਨੂੰ ਟਾਈਪ ਟੈਸਟ ਲਈ ਬੁਲਾਇਆ ਜਾਵੇਗਾ ਜਿਸ ਦੇ ਵਿੱਚ ਅੰਗਰੇਜ਼ੀ ਅਤੇ ਪੰਜਾਬੀ ਦੇ ਵਿੱਚ ਤੁਹਾਨੂੰ 30 ਸ਼ਬਦ ਪ੍ਰਤੀ ਮਿੰਟ ਦੀ ਸਪੀਡ ਨਾਲ ਤੁਸੀਂ ਟਾਈਪ ਟੈਸਟ ਪਾਸ ਕਰਨਾ ਹੋਵੇਗਾ। ਉਸ ਤੋਂ ਬਾਅਦ ਮੈਰਿਟ ਬਣੇਗੀ। ਵਧੇਰੇ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਆਫੀਸ਼ੀਅਲ ਈਮੇਲ ID ਅਤੇ ਇਹਨਾਂ ਦੇ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਗਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਧੰਨਵਾਦ।